ਕੀ ਦੇ ਰਿਹਾ ਤੂੰ ਮੈਨੂੰ? ਛਗਣ ਜੀ, ਕਾਰਡ ਦਾ ਛਗਣ ਜੀ। ਡਾਲਰ ਆ ਤੇ ਦੇ ਫਿਰ। ਡਾਲਰ ਡੂਲਰ ਨਹੀਂ ਗਈ, ਇੰਡੀਆ ਦਾ ਛਗਣ ਆ। ਨਹੀਂ ਬਾਹਰੋਂ ਆਇਆ ਵੀ ਡਾਲਰ ਚ ਲਊਗਾ ਛਗਣ, ਇਹ ਨਹੀਂ ਐ ਨਹੀਂ ਆਉਂਦੀ ਸਾਲੀ ਨੂੰ ਲੰਘਣ ਦਿੰਦਾ। ਆਹ ਪੈਸੇ ਕਿ ਨੇ? ਨਵੀਂ ਤੋਂ ਥੋੜਾ ਜਿਹਾ ਸਮਾਨ ਮੰਗਾਏ, ਥੋੜਾ ਜਿਹਾ ਨੀ, ਕਾਫੀ ਜ਼ਿਆਦਾ ਸਮਾਨ ਮੰਗਾਇਆ ਸੀ, ਕਿਉਂਕਿ ਨਵੀਂ ਕੋਲ ਇੰਨੇ ਕੱਪੜੇ ਨਹੀਂ ਸੀ। ਨਵੀਂ ਦਾ ਹਫ਼ਤੇ ਲਈ ਆਇਆ ਸੀਗਾ, ਸੋ ਗੈਸ ਹੁਣ ਅਸੀਂ ਚੱਲੇ ਹਾਂ ਭੂਆ ਜੀ ਦੇ ਘਰੇ। ਐਕਚੁਅਲੀ ਅੱਜ ਉਹਨਾਂ ਨੂੰ ਮਿਲਣੀ ਹੈ ਗੱਡੀ, ਤੇ ਜਿਹੜੀ ਬੁੱਕ ਕਰਾਈ ਹੋਈ ਸੀਗੀ। ਅੱਜ ਆਪਾਂ ਨੂੰ ਮਿਲਦੀ ਹੈ ਕਾਰ ਆਪਣੀ। ਭੂਆ ਜੀ ਉਹਨਾਂ ਦੀ ਗੱਡੀ ਚੱਕੀ ਨਹੀਂ ਹੈਗੀ, ਕਿਉਂਕਿ ਭੂਆ ਜੀ ਆਉਣਗੇ ਨਵੀਂ ਗੱਡੀ 'ਚ ਅੱਜ। ਹਾਂ, ਬੇਟੀਆਂ ਨੂੰ ਸੀ ਵੀ ਸਾਡੇ ਹੁੰਦੇ ਮਿਲ ਜੇ, ਹੈ ਨਾ? ਜ਼ਰੂਰ, ਵਿਆਹ 'ਚ, ਵਿਆਹ 'ਚ ਕਿਹੜੀ 'ਚ ਪੂਰਾ ਹੋ ਗਿਆ? ਵਿਆਹ 'ਚ ਕਿਹੜੀ 'ਤੇ ਬੈਠੇਗਾ? ਨਵੀਂ ਤੈਨੂੰ ਵਧਾਈਆਂ। ਆਰਾਮ ਆ ਡੈਡੀ ਪੂਰਾ। ਤੁਸੀਂ ਦੇਖੋ ਬਹਿ ਕੇ, ਪੂਰਾ ਬੈੱਡ ਬਣ ਜਾਂਦਾ, ਥੱਲੋਂ ਲੱਤਾਂ ਕੋਲ ਵੀ ਚੱਕਿਆ ਗਿਆ, ਹੋਰ ਵੀ ਚੱਕਿਆ ਗਿਆ। ਲੰਬੀ ਤਾਂ ਕਾਫੀ ਹੈ, ਸੋਹਣੀ ਲੱਗਦੀ ਨਾ? ਗੱਡੀ ਬਹੁਤ ਸੋਹਣੀ ਹੈ, ਸੱਚੀ ਵਾਈਟ ਜੱਚ ਰਹੀ ਹੈ। ਗੱਡੀ ਬਹੁਤ ਸੋਹਣੀ ਹੈ ਭੂਆ, ਇਹ ਤਾਂ ਇਹਦਾ ਨਾਲੇ ਥੋੜਾ ਤੇਲ ਵੀ ਘੱਟ ਖਾਇਆ ਕਰੋ, ਹਾਈਬ੍ਰਿਡ ਆ ਗਿਆ ਇਹ। ਚਾਰਜ ਚਾਰਜ ਤੇ ਵੀ ਲੱਗਣਾ? ਨਹੀਂ ਨਹੀਂ, ਚਾਰਜ ਤੇ ਨਹੀਂ ਲਾਉਣ ਦੀ ਲੋੜ, ਆਪਦੇ ਆਪ ਹੀ ਚਾਰਜ ਹੋਊਗੀ, ਆਪਦੇ ਆਪ ਹੀ ਹੋਊਗਾ। ਆਟੋਮੈਟਿਕ ਚਾਰਜ ਹੋਊਗੀ, ਚਲਦੀ ਚਲਦੀ ਹੈ। ਇਹ ਤਾਂ ਹੋਰ ਵੀ ਬੈਨੀ। ਮਮਾ, ਜੇ ਚਾਰਜ ਖਤਮ ਹੋ ਗਿਆ ਆਪਣੇ ਆਟੋਮੈਟਿਕ ਪੈਟਰੋਲ ਤੇ ਆ ਜਾਓ ਤੇ ਚਾਰਜ ਹੋ ਜਾਊਗਾ। ਓਕੇ, ਤੇਰੇ ਬੈਨ ਨੂੰ ਗੱਡੀ ਲੈਣ ਦੀ ਲੋੜ ਨਹੀਂ, ਤੁਸੀਂ ਵੀ ਨਾ ਲਿਓ ਇਹਦੇ ਨਾਲੇ ਸਾਰ ਲੇਗਾ। ਸਾ ਸਾਡੀ ਜੀ ਐਕਸ ਹੈ, ਇਹ ਬਲੈਕ ਹੈ। ਬਲੈਕ ਵੀ ਸੋਹਣੀ ਲੱਗਦੀ, ਬਲੈਕ ਦੀ ਗੰਦੀ ਵਾਲੀ ਹੋਈ ਪਈ ਹੈ ਨਾ। ਹਾਂ, ਵਾਈਟ ਵੀ ਗੰਦੀ ਹੋਈ ਹੈ ਵੈਸੇ ਤਾਂ, ਇਸ 'ਚ ਸਨਰੂਫ ਨਹੀਂ ਹੈਗੀ, ਪਰ ਇਹ ਇਹ ਪੀੜਾ ਇਹਨਾਂ ਨੇ ਤਾਂ ਟੌਪ ਮਾਡਲ ਲਿਆ। ਹਾਂ, ਇਹ ਤਾਂ ਲਾਸਟ ਮਾਡਲ ਹੈ ਜਿਹੜਾ ਸਾਡਾ, ਇਹ ਬੇਸ ਮਾਡਲ ਆ। ਹਾਂ, ਇਹ ਮਿਡਲ ਮਾਡਲ ਜਿਹੜਾ ਕੈਨਸਲ ਹੋ ਗਿਆ ਸੀ। ਅੱਛਾ, ਪਹਿਲਾਂ ਇਹਨਾਂ ਨੇ ਬੁੱਕ ਇਹ ਕਰਾਇਆ ਸੀਗਾ, ਬਟ ਇਹਨਾਂ ਨੂੰ ਉਹ ਮਿਲਿਆ ਨਹੀਂ ਹੈਗਾ, ਫਿਰ ਇਹ ਕਹਿੰਦੇ ਵੀ ਸਾਡੇ ਕੋਲ ਇੰਟੀਰੀਅਰ ਵਗੈਰਾ ਸੇਮ ਹੈ ਨਾ। ਹਾਂ, ਨਹੀਂ ਨਹੀਂ, ਪਰ ਇਹ ਕੱਪੜੇ ਦੀਆਂ ਨੇ। ਨਹੀਂ ਨਹੀਂ, ਉਹ ਵਾਲਾ ਉਹਦਾ ਇੰਟੀਰੀਅਰ ਸੀ, ਇਹ ਪੂਰਾ ਬੇਸ ਮਾਡਲ ਆ ਮਿਲਣਾ ਦਾ, ਜਿਹੜੀ ਆਪਣੀ ਕੈਨਸਲ ਹੋ ਗਈ ਸੀ ਨਾ। ਪਤਾ ਨਹੀਂ ਮਿੱਡਾ, ਇਹ ਡਸਟ ਤੇ ਬੜੀ ਪੈ ਰਹੀ ਹੈ, ਹੱਥ ਨਾਲ ਲਾਈ ਇਹਨੂੰ, ਬਹੁਤ ਪਿਆਰੀ ਆ, ਬਹੁਤ ਸੋਹਣੀ। ਜਿਹੜੇ ਪੇਪਰਾਂ ਟਾਈਮ ਨਹੀਂ ਹੁੰਦੀ ਹੁੰਦੀ ਗੁੜਗੁੜ ਜੀ, ਤੈਨੂੰ ਬਾਕੀ ਗਏ ਸਾਰੀ ਵਧੀਆ ਚੀਜ਼ਾਂ, ਜਦੋਂ ਜੀਚਿਆ ਉਦੋਂ ਲਾ ਲਓ, ਨਹੀਂ ਰਹਿਣ ਦਿਓ ਧੁੱਪ ਧੱਪ ਤੋਂ। ਦੇਖੋ ਕੈਮਰਾ, 360 ਕੈਮਰਾ ਗਾਇਸ, ਇਹਦਾ ਨਾ ਇੰਟੀਰੀਅਰ ਬਹੁਤ ਜ਼ਿਆਦਾ ਸੋਹਣਾ ਯਾਰ, ਸੀਰੀਅਸਲੀ। ਜਿਹੜੀ ਨਵੀਂ ਕਲੂਗਰ ਆਈ ਆ ਉਹਦੇ 'ਚ ਵੀ ਸੋਹਣਾ, ਅਤੇ ਹੈਗੀ ਤਾਂ ਡਿਟੋ ਕਲੂਗਰ ਆ, ਅਤੇ ਬਹੁਤ ਵਧੀਆ ਲੱਗਿਆ ਮੈਨੂੰ। ਸਾਨੂੰ ਰੂਫ ਵੀ ਹੈਗੀ, ਇਹਨਾਂ ਨੇ ਲਿਆ ਵੀ ਟੌਪ ਮਾਡਲ ਆ, ਬਾਕੀ ਸੀਟਾਂ ਸੈਂਟਰ ਵਾਲੀਆਂ ਬਸ ਰਹੀ ਨੇ, ਉਹ ਤਾਂ ਫੁੱਲ ਕੰਫਰਟੇਬਲ ਨੇ। ਮੈਨੂੰ ਫੋਰਚੂਨਰ ਤਾਂ ਵਧੀਆ ਲੱਗੀ ਯਾਰ ਇਹ ਗੱਡੀ, ਪਰਸਨਲੀ ਉਹ ਫੋਰਚੂਨਰ ਇੰਨੀ ਕੰਫਰਟੇਬਲ ਨਹੀਂ ਹੈਗੀ ਜਿੰਨੀ ਇਹ। ਕਿਵੇਂ ਲੱਗ ਰਹੀ ਵੀਰੇ ਗੱਡੀ? ਤਾਂ ਟੌਪ ਆ, ਟੌਪ ਤੋਂ ਵੀ ਉੱਤੇ ਆ। ਮੈਂ ਤਾਂ ਤੁਹਾਨੂੰ ਖਵਾਦਾ ਸੱਚ। ਥੈਂਕ ਯੂ ਬੇਟੇ, ਕੰਗ੍ਰੈਚੁਲੇਸ਼ਨ।
ਹੁਣ ਪੂਆ ਪਾਰਟੀ ਦੱਸ ਕਿੱਥੇ ਕਰੇਗੀ ਚਲੋ ਜਿੱਥੇ ਚਲੋ ਵਧਾਈਆਂ ਪੂਆ ਵਧਾਈਆਂ ਉਫੜ ਜੀ ਹਾਂ ਹਾਂ ਵਧਾਈਆਂ ਡੈਡੀ ਨੋ ਨੋ ਥੋੜਾ ਜਿਹਾ ਡੈਡੀ ਥੋੜਾ ਸਾ ਦੈਟਸ ਇਟ ਪਰਮਾਤਮਾ ਤੁਹਾਨੂੰ ਆਏ ਸਾਲ ਇੱਕ ਗੱਡੀ ਨਵੀਂ ਬਖਸ਼ੇ ਠੀਕ ਹੈ ਪਰ ਮੈਂ ਵੀ ਪਾਏ ਨੇ ਪੈਸੇ ਬਾਬੀ ਜੀ 600 ਠੀਕ ਹੈ 600 ਮੈਂ ਪਾਇਆ ਇਹਨੂੰ ਸੈਂਡਰ ਸਾਹਿਬ ਕਹਿੰਦਾ ਗੱਡੀ ਦੀ 600 ਮੈਂ ਪਾਇਆ ਕਹਿੰਦਾ ਬੜਾ ਪੱਕਾ ਬੰਦਾ ਹੈ ਇੱਕ ਸਕਿੰਟ ਡਨ ਬਸ ਬਸ ਫੁੱਲੀ 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 ਬਾਬੀ ਸਿੱਟ ਕਰ ਉਹਦੇ ਪੈਸੇ ਨਾ ਚਵਾਲੀ ਅੰਦਰ ਬੜਾ ਤੈਨੂੰ ਜ਼ੁਕਾਮ ਹੋ ਜਾਣਾ ਬੈਠੇ ਅੰਦਰ ਮੇਰੀ ਗਰਦਨ ਨਾ ਦੇ ਦਿਓ ਪਿੱਛੋਂ ਵੀ ਖੁੱਲੀ ਹੈ ਪਿੱਛੇ ਸੀਟਾਂ ਨਾਲ ਰਿਕਲਾਈਨਰ ਹੁੰਦੀਆਂ ਨੇ ਮੈਂ ਉਹਦੇ ਕਰਕੇ ਐਕਸਾਈਟਿਡ ਆ ਮੈਂ ਇਹਨਾਂ ਕਰਕੇ ਬੈਠਾ ਹਾਂ ਹਾਂ ਵੀਰੇ ਏਅਰਪੋਰਟ ਤੇ ਆਇਆ ਕਰਾਂਗੇ ਲਟ ਕੇ ਟੱਬਰ ਤਾਂ ਪੂਰਾ ਹੋਣਾ ਟਰਾਲੀ ਤਾਂ ਤੇ ਵੀ ਵੀਰੇ ਨੂੰ ਬਹੁਤ ਪ੍ਰਾਊਡ ਫੀਲ ਹੋਇਆ ਕਹਿੰਦਾ ਵੀ ਮੈਨੂੰ ਮਾਣ ਆਪਣੀਆਂ ਪਾਣੀਆਂ ਇਹਨਾਂ ਨੇ ਮੈਂ ਨਾ ਸੋਚਿਆ ਆਪਣੇ ਪਾਪਾ ਮੰਮਾ ਲਈ ਇੱਕ ਤੂੰ ਵੀ ਬੀਬੀ ਨੂੰ ਪ੍ਰਾਊਡ ਫੀਲ ਕਰਾ ਗੱਡ ਦੇ ਫਾਰਚੂਨਰ ਬੀਬੀ ਵਾਸਤੇ ਠੀਕ ਆ ਜੇ ਮੇਰੇ ਕੋਲ ਹੁਣ ਮੈਂ ਵੀ ਦਵਾ ਲਾ ਛਿੰਦੇ ਦਾ ਗਾਣਾ ਨਹੀਂ ਇੰਨਾ ਵਾ ਲੈ ਟਰੱਕ 3000 ਨੇ ਬਾਬਿਆਂ ਦੇ ਚੱਲ ਚੱਲੀਏ ਹੁਣ ਭਾਈ ਅਸੀਂ ਬਾਬਿਆਂ ਦੇ ਚੱਲੇ ਮੱਥਾ ਟੇਕਣ ਦੁਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਗੱਡੀ ਸਿੱਧੀ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਸਿੱਧੇ ਪਾਸੇ ਨੂੰ ਚਲਾਵੇ ਗੱਡੀ ਪੱਖੇ ਪਾਸੇ ਨੂੰ ਨਾ ਚਲਾਵੇ ਤੇ ਸੁੱਖਾਂ 'ਚ ਚੱਲੇ ਦੁੱਖਾਂ 'ਚ ਨਾ ਚੱਲੇ ਹੈ ਨਾ ਚਲੋ ਵੈਸੇ ਤਾਂ ਸੁੱਖ ਦੁੱਖ ਜ਼ਿੰਦਗੀ ਦੇ ਦੋਨੇ ਪਹਿਲੂ ਨੇ ਪਰ ਇਹੀ ਹੈ ਵੀ ਬੇਨਤੀ ਬਾਬਾ ਜੀ ਅੱਗੇ ਵੀ ਭਾਈ ਸੁੱਖਾਂ 'ਚ ਹੀ ਚੱਲੇ ਖੁਸ਼ੀ ਲੈ ਕੇ ਆਵੇ ਹਮੇਸ਼ਾ ਕੁੱਲ ਮਿਲਾ ਕੇ ਗੱਡੀ ਅਸੀਂ ਚਲਾਤੀ ਘਰੇ ਜਾਣ ਤੋਂ ਪਹਿਲਾਂ 30 ਕਿਲੋਮੀਟਰ ਓਵਰਆਲ ਬਹੁਤ ਵਧੀਆ ਰਿਵਿਊ ਰਿਹਾ ਥੋੜਾ ਨੀਚੇ ਇਹਨਾਂ ਨੂੰ ਆਪਣੇ ਗੇਟ ਦਾ ਹਿਸਾਬ ਠੀਕ ਆ ਥੋੜੀ ਕਮਾਓ ਜੀ ਥੋੜੀ 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 ਪਹਿਲਾਂ ਪਹਿਲਾਂ ਨਾ ਡਰ ਲੱਗਦਾ ਹੁੰਦਾ ਫਿਰ ਹੱਥ ਟਿਕ ਜੂਗਾ ਫਿਰ ਆਪੀ ਬੰਦਾ ਲੈ ਆਉਂਦਾ ਹਨਾ ਹੁਣ ਗੇਟ ਵੀ ਵੱਡਾ ਕਰਾ ਜੋ ਦਿੰਦੇ
चलो 3 2 1 हेलो थलो दी किन्नी चीजा पा रखी दिखाई सजी होए सेट आ सुई लग जूगी ਨਹੀਂ ਰੱਖ ਲੋ ਵੇੜ ਦਊਗਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਜੀ ਕਰਦੇ ਠੀਕ ਹੈ ਬਾਤ ਹੈ ਨਾ ਇਹਦਾ ਨਹੀਂ ਪਤਾ ਬਾਹਰ ਨੂੰ ਮੋੜ ਦੇਣ ਕੋਈ ਚੱਕਰ ਨਹੀਂ ਤੂੰ ਲਬਾਵਾਂ ਦਾ ਤਾਂ ਸ਼ੈਜੀ ਨੇ ਬਣਨਾ ਸਰਵਾਲਾ ਤੇ ਅੱਜ ਇਹਦੇ ਲਈ ਲਈ ਜਾਊਗੀ ਅੱਜਕਨ ਉਹਨੂੰ ਬਾਏ ਬਾਏ ਕਰ ਰਿਹਾ ਇਹ ਫਰਕ ਆ ਥੋੜਾ ਜਿਹਾ ਆ ਮੈਚ ਕਰਦਾ ਥੋੜਾ ਜਿਹਾ ਉਹ ਚ ਤਾਂ ਫਰਕ ਆ ਵੱਡੀ ਜਾਊਗੀ ਗਲੇ ਨੂੰ ਤਾਂ ਬੜਾ ਨਾਜ਼ ਗਿਰ ਜਾਉਂਗੇ ਨਾ ਕੋਣੀ ਨੂੰ ਬਾਏਗਾ ਤੂੰ ਵੀ ਲੈਣੀ ਅੱਜਕਨ ਤੈਨੂੰ ਵੀ ਬਣਾ ਦੀ ਸਰਵਾਲਾ ਹਾਂ ਕਹਿੰਦੀ ਮੈਂ ਪਾ ਕੇ ਦੇਖੀ ਸਰਵਾਲੀ ਹੈ ਵੀ ਇਹਦੇ ਨਾਲ ਦਾ ਕਲਰ ਉਹਨੇ ਤਾਂ ਅੱਭੀ ਕਸਟਮ ਕਰਾਈ ਹੈ ਨਾ ਕਲਰ ਔਖਾ ਮਿਲੂਗਾ ਸੱਜੀ ਕਿਹੜੀ ਲੈਣੀ ਆ ਓਏ ਕਿਹੜੀ ਲੈਣੀ ਹੈ ਤੈਨੂੰ ਕਿਹੜੀ ਪਸੰਦ ਆ ਆ ਵਾਲੀ ਜੀ ਮੈਨੇ ਸਾਈਜ਼ ਵੱਡਾ ਨਾ ਲਈਏ ਵੱਡਾ ਲੈਣਾ ਵੱਡਾ ਲੈ ਲਓ ਟਾਈਟ ਲੱਗ ਰਹੀ ਹੈ ਥੋੜੀ ਵੱਡਾ ਲੈ ਲਓ ਫਿਰ ਇੱਕ ਇੱਕ ਸਾਈਜ਼ ਵੱਡਾ ਦੇ ਦੋ ਜੀ ਇਹ ਚ ਸ਼ਰਟ ਵੀ ਕੱਟ ਕੇ ਰੱਖ ਲਓ ਵਾਹ ठीक है सर जी ठीक है फाइनल चलो ठीक है जी कोल ज्यादा हो गए हुन मैं रह गई आउटफिट्स ज्यादा हो गए हां भी मेरा आउटफिट कट गया तने लैटा ले वाले तो दो आउटफिट एक तो ब्याले दिन दा ले लिया तू तो पाउंदी नहीं ओ तो तेरे कोल वाली ड्रेस ने ना आज बैठे चलो बाय सुनीता एंड अनीता यह इटली तो ने एंड स्पैशली सानू मिलन आए ने बहुत ज़्यादा वधिया लग्या बहुत स्वीट है तुसी भी बहुत ज़्यादा स्वीट हो बहुत क्यूट है इन्हों का बेटा छेजी चार केड़ा खाना नींबू दा नींबू दा थैंक यू थैंक यू गो देने पुत्तो उन्हें तो इन्हों दिता थी कर्जा तार दे अब दा उन्हें एक दम दारा देता हूँ दे दो चल दे दे पीछे